हेलो आओ समान समून तुसी बंदो सारा हाँ बंदे नु कह दो हाँ मामे नु तैयार कर ला मामा बड़ा टिल्ला है सुबह का सुता उठा किसी पास रक्षे वाली मैं आया हो रक्षे वाली करना रक्षे का कुछ हाँ करने कोई रक्षे का रक्षे रक्षे इतने कड़ा रक्षे वेले पे ने लग रहा है अस्सलामुअलैकुम वालेकुम सलाम ਕੀ ਹਾਲ ਹੈ ਬਾਊ ਜੀ ਜੀ ਦੁਆਵਾਂ ਤੁਸੀਂ ਸੁਣਾਓ ਇਹ ਬੜਾ ਜ਼ਖਸ਼ਾ ਚਮਕਾਈ ਜਾਂਦੇ ਹੋ ਆ ਬਸ ਭਾਜੀ ਕੀ ਕਰੀਏ ਹੁਣੇ ਸਵਾਰੀਆਂ ਲਾ ਕੇ ਆਏ ਆ ਅੱਛਾ ਜੀ ਹਾਂ ਦਿਲੋਂ ਲਾਤੀਆਂ ਸਵਾਰੀਆਂ ਨਹੀਂ ਨਹੀਂ ਦਿਲੋਂ ਨਹੀਂ ਰਕਸ਼ੇ ਚਲਾਈਆਂ ਭਾਜੀ ਦਿਲੋਂ ਲਾਤੀਆਂ ਤੇ ਖਾਣਾ ਕਿੱਥੋਂ ਜੀ ਹਾਂ ਗੱਲ ਤੇ ਇਹ ਹੀ ਆ ਆਪਣਾ ਰਕਸ਼ਾ ਰਕਸ਼ਾ ਆਪਣਾ 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 ਹੋਵੇ ਨਾ ਜੀ ਇੰਨਾ ਸਾਫ ਹੁੰਦਾ ਜੀ ਅੱਛਾ ਅੱਛਾ ਠੇਕੇ ਤੇ ਵੀ ਚਲਾਉਂਦੇ ਹੋ ਠੇਕੇ ਤੇ ਕਈ ਲੋਕ ਵਿਚਾਰੇ ਤਰੀਕਾ ਤੇ ਚਲਾਉਂਦੇ ਨੇ ਠੇਕੇ ਤੇ ਚਲਾਉਂਦੇ ਨੇ ਕਿੱਥੇ ਜਾਣਾ ਜੀ ਜਲ ਜਾਂਦੇ ਆ ਕਾਦੀ ਕਾਲੀ ਆ ਬੈਠੋ ਨਹੀਂ ਨਹੀਂ ਮੈਂ ਕਿਹਾ ਦੱਸੋ ਨਾ ਫਿਰ ਬੰਦਾ ਉਸ ਹਿਸਾਬ ਨਾਲ ਤੁਸੀਂ ਕਿੱਥੇ ਜਾਂਦੇ ਹੋ ਬੈਠੋ ਇੱਥੇ ਕਰ ਲੈਂਦੇ ਸਾਫ ਸਾਡਾ ਨਾ ਬਾਜੀ ਰੂਟ ਹੁੰਦਾ ਕੀ ਹੁੰਦਾ ਜੀ ਰੂਟ ਹੁੰਦਾ ਸਾਡਾ ਦਾਤਾ ਸਾਹਿਬ ਤੋਂ ਲੈ ਕੇ ਠੋਕਰ ਤੱਕ ਅੱਛਾ ਹਾਂਜੀ ਇਹਦੇ ਵਿੱਚ ਰੂਟ ਹੁੰਦਾ ਜਿੱਥੇ ਜਿੱਥੇ ਦੀ ਸਟਾਫ ਦੀ ਸਵਾਰੀ ਹੋਵੇ ਅੱਛਾ ਉੱਥੇ ਲਾਈਦਾ ਕਿੰਨੀ ਢੇਰ ਹੋ ਗਈ ਇੱਥੇ ਲਾਹੌਰ ਕਰਦੇ ਆ ਤੁਹਾਨੂੰ ਰਕਸ਼ਾ ਚਲਾਉਂਦੇ ਇਹ ਤਕਰੀਬਨ ਹੋ ਗਏ ਨੇ ਜੀ 10 ਕੁ ਸਾਲ ਹੋ ਗਏ ਲਾਹੌਰ 'ਚ ਰਕਸ਼ਾ ਚਲਾਉਂਦੇ ਹੋ ਹਾਂਜੀ ਲਾਹੌਰ 'ਚ ਅੱਜ ਤੇ ਫਿਰ ਕਿੰਨਾ ਪੇ ਕਮਾ ਲੈਂਦੇ ਹੋ ਤੇ ਤਕਰੀਬਨ ਬਣ ਜਾਂਦਾ ਅੱਲਾ ਦਾ ਸ਼ੁਕਰ ਹੈ ਕੋ 2500 ਬਣ ਜਾਂਦਾ ਸਿਗਰਟ ਤੇ ਲਾਓ ਜੀ ਸਿਗਰਟ ਤੇ ਲਾਓ ਸਿਗਰਟ ਲਾਉਨੇ ਅਜੇ ਹੁਣ ਤੇ ਆਏ ਆ ਫੇਰਾ ਲਾ ਕੇ ਬਸ ਲੈਣੇ ਸੀ ਸਿਗਰਟ ਅਜੇ ਨਹੀਂ 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 ਅਜੇ ਨਹੀਂ ਲੈ ਆ ਵੇਖੋ ਜਰਾ ਜੇਬ ਚ ਚਿੰਚੀ ਵਾਲੇ ਤੁਸੀਂ ਬੜੇ ਤੇਜ਼ ਹੁੰਦੇ ਹੋ ਉਹ ਨਹੀਂ ਅਜੇ ਕਿੱਥੇ ਜੀ ਉਹ ਨਹੀਂ ਜਨਾਬ ਕੀ ਹੋਇਆ ਜਾਣਾ ਕਿੱਥੇ ਜੀ ਚਲ ਜਾਂਦੇ ਆ ਕੀ ਹੋਇਆ ਨਹੀਂ ਪਤਾ ਹੋਣਾ ਚਾਹੀਦਾ ਨਾ ਭਾਜੀ ਉਹ ਯਾਰ ਤੂੰ ਇੱਧਰ ਤੇ ਆ ਯਾਰ ਇੱਥੇ ਬੈ ਨਹੀਂ ਬਾਬੂ ਤੁਸੀਂ ਉਹ ਤੁਸੀਂ ਬੈਠੋ ਇੱਧਰ ਆਓ ਕਰ ਲੰਗੇ ਗੱਲ ਜਾਣਾ ਹੀ ਆ ਜਾਣਾ ਸਿੱਧੇ ਆਏ ਆ ਭਰਾਵਾ ਹਾਂਜੀ ਹੈ ਹੋਰ ਸੁਣਾ ਤਬੀਤਾ ਕੀ ਕਰਦੇ ਹੋ ਭਾਜੀ ਉਹ ਟਿਕ ਪਿਆ ਯਾਰ ਕੋਈ ਹੱਲ ਨਹੀਂ ਹੁੰਦਾ ਲਾ ਸਿਰਗਰ ਤੇ ਲਾ ਸਵੇਰ ਦਾ ਭਾਜੀ ਤਕਰੀਬਨ ਨਾ ਜੀ ਨਮਾਜ਼ ਤੋਂ ਬਾਅਦ ਕੱਢੀ ਦਾ ਭਾਜੀ ਅੱਛਾ ਨਮਾਜ਼ ਤੋਂ ਬਾਅਦ ਰਕਸ਼ਾ ਕੱਢੀ ਦਾ ਹਾਂ ਪਹਿਲਾ ਫੇਰਾ ਜਿਹੜਾ ਲਾਈਦਾ ਉਹ ਮੰਡੀ ਦਾ ਲਾਈਦਾ ਸਬਜ਼ ਮੰਡੀ ਤੇ ਫਰੂਟ ਮੰਡੀ ਦਾ ਦੋਵੇਂ ਇਕੱਠੀਆਂ ਹੀ ਨੇ ਨਾ ਜੀ ਸਬਜ਼ ਮੰਡੀ ਦਾ ਵੀ ਲਾਉਂਦੇ ਹੋ ਹਾਂ ਸਬਜ਼ ਮੰਡੀ ਦਾ ਵੀ ਲਾਈਦਾ ਉੱਥੇ ਦੋ ਕੁ ਬੰਦੇ ਲੱਗੇ ਨੇ ਉੱਥੇ ਫੇਰਾ ਲਾਉਂਦੇ ਆ ਨਾ ਤੁਸੀਂ ਸਬਜ਼ ਮੰਡੀ ਦਾ 10 ਵਜੇ ਉੱਥੋਂ ਫਾਰਗ ਹੋ ਜਾਈਦਾ ਸਿਗਰਟ ਤੇ ਲਾਓ ਫਿਰ ਸਿਗਰਟ ਲਿਆਣਾ ਦੇ ਨੇ ਭਾਜੀ ਅੱਛਾ ਅੱਛਾ ਹਾਂ ਲਿਆਓ ਪੈਸੇ ਲਿਆਵਾ ਹੈ ਲਿਆਓ ਪੈਸੇ ਵੀ ਦੇ ਦਿੰਨੇ ਪੈਸੇ ਤਾਂ ਦੇਣ ਆਏ ਤੇ ਜਵਾਨਾ ਚਾਹ ਮੰਗਾਓ ਇੱਕ ਅੱਧੀ ਇਹ ਚਾਹ ਹਾਂਜੀ ਮੰਗਾਓ ਪਿੰਨੇ ਦੋਵੇਂ ਭਰਾ ਕਿੰਨੇ ਪੈਸੇ ਬਚ ਜਾਂਦੇ ਡੇਲੀ ਤੇ 1500 ਬਚ ਜਾਂਦਾ ਬੜੇ ਨੇ ਬੜੇ ਸ਼ੁਕਰ ਹੈ ਸ਼ੁਕਰ ਸ਼ਾਦੀ ਹੋਈ ਤੇਰੀ ਇਹਦੀ ਮੇਰੀ ਅਲਹਮਦੁਲਿਲਾ ਸ਼ੁਕਰ ਬੱਚੇ ਬੱਚਾ ਦੁਆ ਕਰਨਾ ਅੱਲਾ ਦੇ ਅੱਲਾ ਖਿਆਲ ਕਰੇਗਾ ਕੋਈ ਗੱਲ ਸਿਰਗਟ ਹੈ ਕਿਥੋਂ ਪਹਿਲੀ ਦਫਾ ਆਏ ਲੋ ਨਹੀਂ ਨਹੀਂ ਵੈਸੇ ਇੱਥੇ ਰਿਸ਼ਤੇਦਾਰ ਨੇ ਉਹਨਾਂ ਨੂੰ ਮਿਲਣ ਆਇਆ ਅੱਛਾ 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 ਨੇਕ ਸਿਰਗਟ ਲਵਾ ਬਾ ਸਿਰਗਟ ਮੈਂ ਨਾ ਤੁਹਾਡੇ ਅਰਗੇ ਕਈ ਪਿੱਛੇ ਸਟਾਫਾਂ ਦੇ ਭੁਗਤਾ ਆ ਕੇ ਆਇਆ ਕਾਦੇ ਇਸੇ ਚੱਕਰ ਜੀ ਸਿਗਰਟ ਦੇਈ ਰੋਟੀ ਖਵਾਈ ਚਾਹ ਇੰਜ ਕਰਦੇ ਆ ਤਾਂ ਹੀ ਤੇ 1500 ਬਚਦਾ ਜੀ ਯਾਰ ਰੋਟੀ ਦਾ ਤਾਂ ਮੈਂ ਤੈਨੂੰ ਕਿਹਾ ਨਹੀਂ ਭਰਾਵਾ ਤੂੰ ਐਵੇਂ ਰੋਟੀ ਕਿੱਥੇ ਰੋਟੀ ਦਾ ਮੈਂ ਕਿਹਾ ਤੈਨੂੰ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਅਸਲ ਦੇ ਵਿੱਚ ਨਾ ਸਾਡੀ ਹਕੂਮਤ ਦਾ ਨਿਜ਼ਾਮ ਹੀ ਐਸਾ ਹੋ ਗਿਆ ਕਿ ਹਰ ਬੰਦਾ ਫਕੀਰ ਬਣ ਗਿਆ ਅੱਛਾ ਹਾਂ ਸਿਰਫ ਤੁਸੀਂ ਕੱਪੜੇ ਪਾਏ ਨੇ ਬਕਾਇਆ ਕਾਸਾ ਤੁਹਾਡੇ ਹੱਥ 'ਚ ਨਹੀਂ ਹੈਗਾ ਪੈਸਿਆਂ ਦੀ ਟੈਨਸ਼ਨ ਨਾ ਲੈ ਭਾਉ ਕੀ ਹੋਇਆ ਲਾਹੌਰ ਦਾ ਹੈਗਾ ਤੂੰ ਤੇ ਕੋਈ ਗੱਲ ਨਹੀਂ ਸਵਾਰੀਆਂ ਲਜਾਣੀ ਅਸੀਂ ਅੱਛਾ ਤੇ ਲੈ ਜਾਾਂਗੇ ਹੈ ਲੈ ਜਾਾਂਗੇ ਚਲੋ ਮਾਰੋ ਕਿੱਕ ਫਿਰ ਜਾਣਾ ਕਿੱਥੇ ਜੇ ਦੱਸੋ ਤੇ ਸਹੀ ਨਾ ਜਾਣਾ ਤੁਸੀਂ ਕਿੱਥੇ ਜਾਣਾ ਅਸੀਂ ਤਾਂ ਕੰਮ ਤੇ ਆਏ ਆ ਨਾ ਭਾਜੀ ਜਿੱਥੇ ਮਰਜ਼ੀ ਲੈ ਜਾਓ ਇਹ ਦੱਸੋ ਜਾਣਾ ਕਿੱਥੇ ਕੰਮ ਤੇ ਆ ਗਿਆ ਇਕੱਠੇ ਆਈ ਇਕੱਠਾ ਹੀ ਕੰਮ ਆ ਗਿਆ ਮੇਰੀ ਵੀ ਸੁਣ ਭਾਈ ਜੀ 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 ਮੈਂ ਕਿਹਾ ਇਕੱਠੇ ਹੀ ਕੰਮ ਆ ਗਿਆ ਤੈਨੂੰ ਹਾਂਜੀ ਮਕਾ ਲਾ ਕਿੰਨੇ ਪੈਸੇ ਲਾਏਗਾ ਕਿੰਨੇ ਪੈਸੇ ਕਹਿਆ ਤੂੰ ਤੁਸੀਂ ਪਿਆਰ ਵਾਲੇ ਜੀ ਹੋ ਹਾਂ ਲਾਹੌਰ 'ਚ ਪਹਿਲੀ ਦਫਾ ਆਏ ਹੋ ਅੱਛਾ ਦੇਸੀ ਆਦਮੀ ਹੋ ਤੁਸੀਂ ਜਿਹੜੇ ਸਾਨੂੰ ਪੁੱਛਦੇ ਨੇ ਨਾ ਸਾਰੀ ਦਿਹਾੜੀ ਅੱਛਾ ਕਿੰਨੇ 1500 ਰੁਪਇਆ ਦੇ ਦੇਣਾ ਤੁਸੀਂ 1500 1500 ਉਹਦੀ ਵਜ੍ਹਾ ਇਹ ਕਿ ਤੁਹਾਨੂੰ ਪਤਾ ਕਿ ਪੈਟਰੋਲ ਆ ਸਾਲ ਦੇ ਵਿੱਚ 3 ਵਾਰੀ ਤਾਂ ਵੱਧ ਗਿਆ ਯਾਰ ਪੈਟਰੋਲ ਬਹੁਤ ਵੱਧਦਾ ਹੈ
पेट्रोल इंज वधे है जिम्मे मां प्यो का एक पुत्र नहीं वधदा, मां प्यो कहिंदा हुंदा है पुत्र बहुत वध गया भाई, वध गया मिसाल शादी जी करते करते ने गड्डी भावे मोटरसाइकिल ਤੈਨੂੰ ਘੱਟ ਦੇਣੇ ਆ ਭਰਾਵਾ, ਕਿਉਂ ਮਜ਼ਦੂਰ ਦੀ ਮਜ਼ਦੂਰੀ ਨਹੀਂ ਰੱਖਣੀ ਚਾਹੀਦੀ। ਸਾਰੀ ਗੱਲ ਹੈ ਤੁਹਾਡਾ ਜਿੰਨਾ ਪਿਆਰ ਮੁਹੱਬਤ ਹੋਇਆ ਤੁਸੀਂ 2000 ਵੀ ਕਰ ਸਕਦੇ ਹੋ, ਇਹ ਤੇ ਅੱਲਾ ਦੇ ਦਿੱਤੇ ਜੋ ਦੇਣਾ ਨਾ ਜੀ। ਚਲੋ 500 ਰੁਪਏ ਦੀ ਕਿਹੜੀ ਗੱਲ ਹੈਗੀ, 2000 ਵੀ ਤੁਹਾਨੂੰ ਦੇ ਦਾਂਗੇ। ਮਾਰੋ ਕਿੱਕ ਫਿਰ ਉੱਠ ਭਾਜੀ, ਕੀ ਦੱਸੋਗੇ ਕਿ ਲਾ ਕੇ ਤੁਹਾਡੇ ਲੱਕ 'ਚ ਮਾਰਦੇ ਆ, ਜਾਣਾ ਕਿੱਥੇ ਜੇ ਮੈਨੂੰ ਇਹ ਤੂੰ ਦੱਸ। ਯਾਰ ਸਵਾਰੀਆਂ 20 ਸਵਾਰੀਆਂ ਵਾ। ਅੱਛਾ, ਤੇ 2000 ਰੁਪਏ ਕਰ ਲੈ ਚੱਲ। ਇੱਕ ਵਾਰੀ ਆ ਜਾਣੀ ਆ ਵੀ, ਇੱਕ ਵਾਰੀ ਲਾ ਜਾਂ ਤੇਰੀ ਮਤੇ ਦੋਸਤਾ ਬਗੈਰ ਰਸਾ ਪਾ ਕੇ ਪਿੱਛੇ ਲਮਕਾ ਦੀ ਸੜਕ ਨਾ ਘੜੀਜਦੇ ਆ ਮੁਜਰਮ ਚੱਲਾ ਬਾਜੀ। ਸਵਾਰੀਆਂ ਮੇਰੀਆਂ ਮਾਮੇ ਨੇ ਵਿੱਚ, ਚਾਚੇ ਨੇ, ਤਾਈਆਂ ਐ, ਚਾਚੀਆਂ ਐ, ਮਾਮੀਆਂ ਐ, ਬੱਚੇ ਨੇ। ਉਹ ਜਿਹੜੇ ਅਦਬ ਵਾਲੇ ਨੇ ਉਹਨਾਂ ਨੂੰ ਬਿਠਾ ਲੈਣਾ, ਹਾਂ ਜਿਹੜੇ ਬੇਅਦਬ ਨੇ ਉਹਨਾਂ ਨੂੰ ਪਿੱਛੋਂ ਭੱਜ ਕੇ ਆ ਜਾ। ਨਹੀਂ ਤੇਰਾ ਕੀ ਖਿਆਲ, ਮੇਰਾ ਘਰ ਸਾਰਾ ਬੇਅਦਬ ਆ? ਓਏ ਹੋਏ, ਜਿਹੜੇ ਰਿਸ਼ਤੇ ਨੇ ਬਟੇਰੇ ਨੇ, ਜਿਵੇਂ ਤਾਤੇ ਤਾਈ ਦੱਸੀਏ ਤੁਸੀਂ, ਤਾਈ ਚਾਚਾ ਦੱਸਿਆ, ਆਹੋ ਵਾਲਾ ਸਾਹਿਬ ਵੀ, ਵਾਲਾ ਸਾਹਿਬ ਵੀ ਹੈ ਨੇ, ਅੱਲਾ ਦਾ ਫਜ਼ਲੋ ਕਰਮ ਨਾਲ ਹੈ ਨੇ। ਚਲੋ ਸ਼ੁਕਰ ਅਲਹਮਦੁਲਿਲਾ, ਇਹ ਹੋਣੇ ਚਾਹੀਦੇ ਨੇ ਬਟੇਰੇ ਸਿਰ ਤੇ ਹੋਣ ਤੇ ਬੰਦੇ ਦੀ ਪਹਿਚਾਣ ਹੁੰਦੀ ਜੀ। ਹਾਂ ਸਹੀ ਗੱਲ ਹੈ, ਇਹ ਜਿਵੇਂ ਤੁਸੀਂ ਆਂਦੇ ਆ, ਮੈਨੂੰ ਕਿਹਾ ਨਾ ਸਿਗਰਟ ਵੀ ਪਿਆ, ਚਾਹ ਵੀ ਪਿਆ, ਮੈਨੂੰ ਲੱਗਦਾ ਤੁਹਾਡੇ ਬਟੇਰੇ ਹੈ ਨੇ। ਗੱਲਬਾਤ ਇਹ, ਹਾਂ ਗੱਲਬਾਤ ਤੇਰੀ ਬੜੀ ਮੈਂ ਸੁਣ ਰਿਹਾ ਵਾਂ, ਤੈਨੂੰ ਗੱਲ ਮੈਂ ਕੀਤੀ ਹੈ ਕਿ ਚੱਲ 20 ਸਵਾਰੀਆਂ ਜੇ 20 ਸਵਾਰੀਆਂ ਵਾਂ ਤੇ 1500 ਤੋਂ 2000 ਰੁਪਈਆ ਤੈਨੂੰ ਦੇ ਦਾਂਗੇ। ਚੱਲ ਠੀਕ ਹੈ, ਜਾਣਾ ਕਿੱਥੇ ਜੇ? ਮਲਤਾਨ। ਅਜੇ ਮਲਤਾਨ? ਮਲਤਾਨ ਹਾਂਜੀ, ਜੋ ਉੱਥੇ 32 ਚੌਂਕ ਜਾਓ ਭਾਜੀ, ਜਿੱਥੇ ਛੱਤ ਤੇ ਉਹ ਲੈ ਲੈ ਰੱਖਦੇ ਨੇ ਉੱਥੇ ਤੁਹਾਨੂੰ ਲੈ ਜਾਣਾ। ਇਹ ਰਕਸ਼ਾ ਨਹੀਂ ਜਾਂਦਾ ਉਧਰ? ਰਕਸ਼ਾ ਜਾਂਦਾ ਹੈ ਲੇਕਿਨ 1500 ਚ ਨਹੀਂ ਜਾਂਦਾ ਭਾਜੀ, ਵਿੱਚੋਂ ਵਿੱਚ ਤੇ ਜਾਣਾ ਯਾਰ, ਵਿੱਚੋਂ ਵਿੱਚ ਅਸੀਂ ਸਮਨਾਬਾ ਜਾਣਾ ਭਾਜੀ। ਚੱਲ ਮਾਰ ਕੇ ਇੱਕ, ਇਹੋ ਜਿਹਾ ਤੁਹਾਡੀਆਂ ਗੱਲਾਂ ਨੇ ਮੈਨੂੰ ਲੱਗਦਾ ਖੋਲ ਕੇ ਤੁਹਾਨੂੰ ਮਾਰਨੀ ਪੈਣੀ। ਅੱਗੇ ਇੱਕ ਮਾਰ ਯਾਰ, ਬੈਸ ਨਹੀਂ ਕਰੀ ਦੀ, ਰੋਜ਼ੀ ਆਈ ਹੈ ਕਮਾਲਾ। ਤੁਹਾਡੀ ਮਿਹਰਬਾਨੀ ਹੈ, ਤੁਸੀਂ ਮੇਰਾ ਟਾਈਮ ਜ਼ਾਇਆ ਕਰ ਰਹੇ ਹੋ, ਇੰਨੀ ਦਿਨ ਨੂੰ ਮੈਂ ਫੇਰਾ ਭਰ ਕੇ ਠੋਕਰਾਂ ਨੂੰ ਨਿਕਲ ਜਾਣਾ ਸੀ। ਉਧਰ ਜਾਏਗਾ ਫੇਰ ਇੱਧਰ ਆਏਗਾ, ਕੋਈ ਫਾਇਦਾ ਹੈ? ਹੈ ਇਕੱਠੇ ਹੀ ਤੁਹਾਨੂੰ ਮਿਲ ਗਈਆਂ ਸਵਾਰੀਆਂ, ਕਿਉਂ ਨਹੀਂ ਬਿਠਾਉਂਦਾ? ਮੈਨੂੰ ਇਹੋ ਜੀਆਂ ਇਕੱਠੀਆਂ ਦਰਬਾਰ ਤੇ ਵੀ ਨਜ਼ਰ ਆਉਂਦੀਆਂ ਨੇ ਲੇਕਿਨ ਉਹ ਜਾਂਦੀਆਂ ਨਹੀਂ। ਨਾ ਸ਼ੁਕਰਾ, ਨਾ ਸ਼ੁਕਰਾ ਹੋਇਆ, ਨਾ ਸ਼ੁਕਰਾ। ਮੈਨੂੰ ਇਸ ਨਾ ਸ਼ੁਕਰੀ ਨਾਲੋਂ ਨਾ ਜੀ ਵਿਹਲਾ ਖਲੋਣਾ ਮਨਜ਼ੂਰ ਹੈ। ਤੁਸੀਂ 20 ਸਵਾਰੀਆਂ ਨਾ ਕਿਤੇ 3-3 ਘੰਟੇ ਤੁਸੀਂ ਇੱਥੇ ਖਲੋਤੇ ਰਹੇ। ਉਹ ਮੇਰਾ ਦੋਸਤ ਖਲੋਤਾ ਹੈ, ਉਹਦੇ ਨਾਲ ਰਜੂ ਕਰੋ, ਸ਼ਾਇਦ ਉਹ ਹੈ ਵੀ ਮਲਤਾਨ ਦਾ ਜਾਂ ਸ਼ਾਇਦ ਉਹਦਾ ਕੋਈ ਪ੍ਰੋਗਰਾਮ ਬਣ ਜੇ। ਯਾਰ ਉਹਦੇ ਕੋਲ ਸਵਾਰੀਆਂ ਹੋਰ ਬੈਠੀਆਂ ਸੀ ਕੋਈ, ਤੇ ਮੈਂ ਕਿਹਾ ਤੂੰ ਇਕੱਲਾ ਖਲੋਤਾ, ਚੱਲ ਮਾੜਾ ਬੰਦਾ ਮੈਂ ਬਿਠਾਲਾ ਸਵਾਰੀਆਂ। ਭਾਜੀ ਹਰ ਬੰਦਾ ਇਕੱਲਾ ਖਲੋਤਾ ਹੈ ਕਿ ਉਹਦੇ ਇਰਦ ਗਿਰਦ ਡੱਕ ਲੱਗਾ ਹੈ ਜਾਂ ਧਮਾਲ ਪੈਣ ਡਈ ਹੈ, ਦੱਸੋ ਮੈਨੂੰ। ਚੱਲ ਮਾਰ ਕੇ ਚੱਲੀਏ, ਤੁਸੀਂ ਜਾਓ ਭਾਜੀ, ਤੁਹਾਡਾ ਮੇਰੀ ਸੌਦਾ ਬਣਨਾ ਹੀ ਨਹੀਂ। ਉਹ ਬਣ ਗਿਆ ਹੁਣ, 1500 ਤੋਂ ਮੈਂ ਡਾਇਰੈਕਟ 2000 ਤੇ ਆ ਗਿਆ। ਇਹ ਤੁਹਾਡੀ ਮਿਹਰਬਾਨੀ ਹੈ, ਮੇਰਾ ਪਹਿਲਾ ਫੇਰਾ ਮੈਂ ਲਾਇਆ ਤੇ ਹਜੇ ਮੈਂ ਦੂਸਰਾ ਲਾਣਾ ਤੇ ਤੁਸੀਂ ਆ ਗਏ ਹੋ। ਇਕੱਠਾ ਲਾ ਲਾ ਪਾ, ਬਿਸਮਿਲ੍ਲਾ ਕਰਾਈ ਦੀ ਹੁੰਦੀ ਏ, ਤੁਸੀਂ ਕਾਰੋਬਾਰੀ ਲੋਕ ਨਹੀਂ ਲੱਗਦੇ। ਯਾਰ ਬਿਸਮਿਲ੍ਲਾ ਤਾਂ ਮੈਂ ਕਰਾਉਣ ਡਿਆ, ਬਿਸਮਿਲ੍ਲਾ ਤੂੰ ਕਰ ਨਹੀਂ ਆਇਆ, ਹੁਣ ਮੈਂ ਤੈਨੂੰ ਦੁਬਾਰਾ ਕਰਾਉਣਾ ਬਿਸਮਿਲ੍ਲਾ। ਭਾਜੀ ਤੁਸੀਂ ਅੱਗੋਂ ਵੀ ਬਿਸਮਿਲ੍ਲਾ ਕਰਾਓ, ਤੁਸੀਂ ਤੇ ਇੱਲਾ ਨਿੱਲਾ ਤੁਰ ਪਏ ਹੋ। ਫਿਰ ਗੱਲਾਂ ਸਿਗਰਟ ਭਾਜੀ ਮੇਰੇ ਕੋਲ ਹੁੰਦਾ ਨਾ, ਮੈਂ ਲਾ ਕੇ ਨਾ ਧੂਆਂ ਕੱਢ ਕੇ ਤੁਹਾਡੀ ਧੌਣ ਤੇ ਲਾਉਣਾ। ਚਾਬੀ ਕਿੱਥੇ? ਚਾਬੀ ਮੇਰੇ ਕੋਲ ਹੀ। ਚੱਲ ਦੇ ਚਾਬੀ। ਉਹ ਭਾਜੀ ਤੁਹਾਡਾ ਮੇਰਾ ਸੌਦਾ ਨਹੀਂ ਬਣਨਾ ਹੈਗਾ। ਓ ਯਾਰ ਬੈਸ ਨਾ ਕਰ, ਸਾਰਾ ਕੰਮ ਉਂਝ ਪਿਆ ਹੈਗਾ ਜਾ ਕਰਨ ਵਾਲਾ, ਬੈਗ ਬੁੱਕ ਬੱਚਿਆਂ ਨੇ ਸਾਰਿਆਂ ਨੇ ਪਾ ਕੇ ਰੱਖੇ ਹੋਏ ਨੇ ਭਾਜੀ, ਰਿਸ਼ਤੇਦਾਰੀ ਸਾਰੀ ਤਿਆਰ ਹੋ ਗਈ ਹੈ ਯਾਰ। ਤੁਹਾਡੀ ਗੱਲ ਬਿਲਕੁਲ ਬਜਾ ਹੈ। ਕੋਈ ਗੱਲ ਨਹੀਂ, ਘਬਰਾ ਨਾ ਮੇਰਾ ਭਰਾ। ਭਾਜੀ ਘਬਰਾਣਾ ਕੀ ਮਤਲਬ, ਇਹਦੇ ਵਿੱਚ ਘਬਰਾਹਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈਗੀ। ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ, ਘਬਰਾਹਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਭਾਜੀ, ਜਦੋਂ ਤੁਹਾਡਾ ਮੇਰਾ ਸੌਦਾ ਨਹੀਂ ਬਣਨਾ। ਹੁਣ 20 ਸਵਾਰੀਆਂ ਇੱਥੇ ਬਹਿੰਦੀਆਂ, ਮੈਨੂੰ ਦੱਸੋ ਇਹ ਕ੍ਰੇਟ ਨੇ ਅੰਬ ਵਾਲੇ ਕੇ ਉੱਤੇ ਥੱਲੇ ਬਿਠਾ ਦੇ, ਇਹ ਟਰਾਲੀਆਂ ਆਪਣਾ ਉਹ ਨੇ ਪੇਟੀਆਂ ਕੇ ਜਿਨ੍ਹਾਂ ਨੂੰ ਉੱਤੇ ਥੱਲੇ ਰੱਖਦੇ ਆ? ਤਿੰਨ ਵਾਰੀ ਛੱਡਿਆ ਯਾਰ, ਤਿੰਨ ਵਾਰੀ ਤੇ 1500 ਨਹੀਂ ਵਾਰਾ ਖਾਂਦਾ ਭਾਜੀ। ਇੱਧਰ ਆ ਜਾਓ,
दूसरा फेरा है मैं होर कोई रिक्शा देख लेना मेरे मगर मगर की है मैं होर कोई देख लेना भाजी ਤੁਹਾਡੇ ਮਿਹਰਬਾਨੀ ਹੈ ਜਾਓ ਮਿਹਰਬਾਨੀ ਤੁਹਾਡੀ ਜਾ ਰਿਕਸ਼ਾ ਲੈ ਯਾਰ ਤੁਹਾਨੂੰ ਕਹਿ ਰਿਹਾ ਮਿਹਰਬਾਨੀ ਹੈ ਤੁਹਾਡੀ ਜਾਓ ਤੁਹਾਨੂੰ ਸਮਝ ਨਹੀਂ ਆ ਰਿਹਾ ਮੇਰੀ ਗੱਲ ਸੁਣ ਮੈਂ ਤੇਰੀ ਕਿਉਂ ਸੁਣਾ ਪੈਟਰੋਲ ਵਾਲੇ ਸਾਡੀ ਨਹੀਂ ਸੁਣਦੇ ਹਕੂਮਤ ਵਾਲੇ ਸਾਡੀ ਨਹੀਂ ਸੁਣਦੇ ਬਿਜਲੀ ਦਾ ਬਿੱਲ ਸਾਡੀ ਨਹੀਂ ਸੁਣਦਾ ਅਸੀਂ ਤੇਰੀ ਕਥਾ ਸੁਣੀਏ ਹੈ ਤੁਸੀਂ ਜਾਣਾ ਹੈ ਤੇ ਜਾਣਾ ਮਲਤਾਨ ਹੈ ਜਾਣਾ ਤੇ ਹੈ ਜਾਣਾ ਤੇ ਨਿਕਲ ਇੱਥੋਂ ਚੱਲ ਮੇਰਾ ਕਿਉਂ ਸਿਰ ਖਾ ਰਿਹਾ ਚੱਲ ਤੇਰਾ ਸਿਰ ਖਾ ਰਿਹਾ ਚੱਲ 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 ਉਧਰੋਂ ਮੈਂ ਕਿ ਝੂਟਾ ਲਾ ਕੇ ਜਾਣਾ ਉਹ ਝੂਟਾ ਤੇਰੇ ਤਾਏ ਦਾ ਰਿਸ਼ਤਾ ਚਲੋ चल।